ਗੁੱਡ ਮਾਰਨਿੰਗ ਸਟੂਡੈਂਟਸ ਟੂਡੇ ਵੀ ਵਿਲ ਸਟਾਰਟ ਲੈਸਨ ਨੰਬਰ 7 ਨਾਅਮ ਨਾਅਮ ਪਿਆਰੇ ਬੱਚਿਓ ਅਸੀਂ ਆਪਣੇ ਆਲੇ ਦੁਆਲੇ ਕਾਰ ਸਕੂਲ ਆਦਿ ਵਿੱਚ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਮ ਰੱਖਿਆ ਮਹਿਸੂਸ ਕਰਦੇ ਹਾਂ ਜੇ ਇਹ ਚੀਜ਼ਾਂ ਮਨੁੱਖਾਂ ਇਸ ਤਰ੍ਹਾਂ ਸਥਾਨਾ ਆਦਿ ਦੇ ਨਾਂ ਨਾ ਹੁੰਦੇ ਤਾਂ ਲੋਕ ਪੰਬਲ ਪੁੱਸੇ ਵਿੱਚ ਪੈ ਕੇ ਇੱਧਰ ਉੱਧਰ ਪਟਕਦੇ ਫਿਰਦੇ ਆਪਣੇ ਕੰਮ ਨੂੰ ਆਸਾਨ ਕਰਨ ਲਈ ਮਨੁੱਖ ਨੇ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਮ ਰੱਖਿਆ ਇਸ ਨੂੰ ਵਿਆਕਰਣ ਵਿੱਚ ਨਾਮ ਆਖਦੇ ਹਨ ਮਤਲਬ ਅਸੀਂ ਆਪਣੇ ਆਲੇ ਦੁਆਲੇ ਵਿੱਚ ਜਾਂ ਘਰ ਵਿੱਚ ਸਕੂਲ ਵਿੱਚ ਜਿਹੜੀਆਂ ਵੀ ਚੀਜ਼ਾਂ ਵੇਖਦੇ ਹਾਂ ਉਹ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਂ ਰੱਖਿਆ ਹੁੰਦਾ ਹੈ ਠੀਕ ਹੈ ਤੇ ਜੇਕਰ ਇਹਨਾਂ ਚੀਜ਼ਾਂ ਦੇ ਨਾਂ ਮਨੁੱਖਾਂ ਦਾ ਔਸਤਰੀਆਂ ਦਾ ਸਥਾਨਾਂ ਦਾ ਕੋਈ ਨਾਮ ਨਾ ਰੱਖਿਆ ਹੁੰਦਾ ਤਾਂ ਲੋਕਾਂ ਨੇ ਵੈਸੇ ਹੀ ਕਨਫਿਊਜ਼ ਹੋ ਜਾਣਾ ਸੀ ਲੋਕਾਂ ਨੇ ਪੰਬਲ ਫੁਸੇ ਵਿੱਚ ਪੈ ਜਾਣਾ ਸੀ ਤੇ ਇਧਰ ਉਧਰ ਆਮੀ ਪਟਕਦੇ ਫਿਰਨਾ ਸੀ ਇਸ ਕਰਕੇ ਮਨੁੱਖ ਨੇ ਕੀ ਕੀਤਾ ਆਪਣੇ ਕੰਮ ਨੂੰ ਆਸਾਨ ਕਰਨ ਲਈ ਉਹਨਾਂ ਨੇ ਕੀ ਕੀਤਾ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਮ ਰੱਖ ਦਿੱਤਾ ਠੀਕ ਹੈ ਤੇ ਉਹ ਨਾਮ ਨੂੰ ਹੀ ਵਿਆਕਰਨ ਵਿੱਚ ਅਸੀਂ ਕੀ ਕਹਿੰਦੇ ਹਾਂ ਨਾਮ ਜਿਵੇਂ ਮੁੰਡਾ ਕੁੜੀ ਪਹਾੜ ਹੱਥੀ ਜਵਾਨੀ ਬੁਢਾਪਾ ਠੀਕ ਹੈ ਇਹ ਸਾਰੇ ਹੀ ਕਿਸੇ ਨਾ ਕਿਸੇ ਚੀਜ਼ ਦਾ ਨਾਮ ਨੇ ਨਾਮ ਦੀ ਪਰਿਭਾਸ਼ਾ ਜਿੰਨਾ ਸ਼ਬਦਾਂ ਤੋਂ ਸਾਨੂੰ ਕਿਸੇ ਵਿਅਕਤੀ ਸਥਾਨ ਚੀਜ਼ ਆਦਿ ਦੇ ਨਾਮ ਦਾ ਪਤਾ ਲੱਗੇ ਉਹਨਾਂ ਨੂੰ ਵਿਆਕਰਨ ਵਿੱਚ ਨਾਮ ਆਖਦੇ ਹਨ ਠੀਕ ਹੈ ਮਤਲਬ ਜਿਹੜੇ ਸ਼ਬਦਾਂ ਤੋਂ ਸਾਨੂੰ ਕਿਸੇ ਵਿਅਕਤੀ ਦਾ ਨਾਮ ਪਤਾ ਲੱਗਦਾ ਹੈ ਸਥਾਨ ਦਾ ਨਾਮ ਪਤਾ ਲੱਗਦਾ ਹੈ ਚੀਜ਼ ਦਾ ਨਾਮ ਪਤਾ ਲੱਗਦਾ ਹੈ ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ ਨਾਮ ਜਿਵੇਂ ਮੁੰਡਾ ਕੁੜੀ ਚੰਡੀਗੜ੍ਹ ਸ਼ਹਿਰ ਕੁੱਤਾ ਬਾਂਦਰ ਸੋਨਾ ਕਨਕ ਲੋਹਾ ਬੁੜਾਪਾ ਗਰਮੀ ਬੇਈਮਾਨੀ ਆਦਿ ਠੀਕ ਹੈ ਮੁੰਡਾ ਕੁੜੀ ਵਿਅਕਤੀ ਦਾ ਨਾਮ ਹੋ ਗਿਆ ਚੰਡੀਗੜ੍ਹ ਸਥਾਨ ਦਾ ਨਾਮ ਹੋ ਗਿਆ ਸ਼ਹਿਰ ਕਿਸੇ ਮਤਲਬ ਜਗ੍ਹਾ ਦਾ ਨਾਮ ਹੈ ਕੁੱਤਾ ਕਿਸੇ ਜੀਵ ਦਾ ਨਾਮ ਹੈ ਬਾਂਦਰ ਕਿਸੇ ਜੀਵ ਦਾ ਨਾਮ ਹੈ ਸੋਨਾ ਕਿਸੇ ਚੀਜ਼ ਦਾ ਨਾਮ ਹੈ ਕਨਕ ਵੀ ਕਿਸੇ ਚੀਜ਼ ਦਾ ਨਾਮ ਹੈ ਬੁਲੋਹਾ ਚੀਜ਼ ਦਾ ਨਾਮ ਬੁੜਾਪਾ ਕਿ ਕਿ ਇਹ ਵੀ ਇੱਕ ਫੀਲ ਕਰਨ ਵਾਲੀ ਚੀਜ਼ ਏ ਗਰਮੀ ਫੀਲ ਕਰਨ ਵਾਲੀ ਮਹਿਸੂਸ ਕਰਨ ਵਾਲੀ ਚੀਜ਼ ਏ ਬੇਈਮਾਨੀ ਮਤਲਬ ਮਹਿਸੂਸ ਕਰਨ ਵਾਲੀ ਚੀਜ਼ ਏ ਉਸ ਬਾਦ ਹੈ ਨਾਵਦਿਆਂ ਕਿਸਮਾਂ ਪੰਜਾਬੀ ਵਿਆਕਰਨ ਵਿੱਚ ਨਾਵ ਪੰਜ ਹਨ ਆਮ ਨਾਵ ਯਾ ਜਾਤੀਵਾਚਕ ਨਾਮ ਖਾਸ ਨਾਵ ਅਨਿਜਵਾਚਕ ਨਾਮ ਵਸਤੂਵਾਚਕ ਨਾਮ ਇਕੱਠਵਾਚਕ ਨਾਮ ਤੇ ਪਾਵਚਕ ਨਾਮ ਫਸਟ ਵਨ ਇਜ਼ ਆਮ ਨਾਵਯਾ ਜਾਤੀਵਾਚਕ ਨਾਮ ਜਿੰਨਾ ਸ਼ਬਦ ਤੋਂ ਸਾਨੂੰ ਸਮੂੱਚੀ ਜਾਤੀ ਸ਼੍ਰੇਣੀ ਆਦਿ ਦੇ ਨਾਮ ਦਾ ਪਤਾ ਲੱਗੇ ਉਹਨਾਂ ਨੂੰ ਅਸੀਂ ਆਮ ਨਾਵਯਾ ਜਾਤੀਵਾਚਕ ਨਾਮ ਆਖਦੇ ਹਾਂ ਮਤਲਬ ਜਿਹੜੇ ਸ਼ਬਦ ਤੋਂ ਸਾਨੂੰ ਸਾਰੇ ਸਾਰੀ ਸਮੂੱਚੀ ਜਾਤੀ ਬਾਰੇ ਪਤਾ ਲੱਗੇ ਠੀਕ ਹੈ ਮਤਲਬ ਪੂਰੀ ਜਾਤੀ ਬਾਰੇ ਪਤਾ ਲੱਗੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਆਮ ਨਾਵਯਾ ਜਾਤੀਵਾਚਕ ਨਾਮ ਜੇ ਉੱਥੇ ਸਾਰਿਆਂ ਦਾ ਨਾਮ ਸੇਮ ਹੋਵੇ ਠੀਕ ਹੈ ਜਿਵੇਂ ਕੁੱਤਾ ਪੋਂਕਦਾ ਹੈ ठीक है कुत्ते हूँ कुत्ता एक तरह का तो हों नहीं ठीक है कोई छोटा है कोई बड़ा है कोई को, चिट्टा है कोई काला है ठीक है बच्चा सोना ये बच्चा सोना है ठीक है बच्चा कोई छोटा है कोई बड़ा है कोई मोटा है कोई पतला है ठीक है बट सारे लिए असं यूज ही करते हैं बच्चा ठीक है खास नाव या निजवाचक नाव ਜੀਨਾ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਖਾਸ ਸਥਾਨ ਦੇ ਨਾਮ ਦਾ ਪਤਾ ਲੱਗਿਆ ਉਹਨਾਂ ਨੂੰ ਅਸੀਂ ਖਾਸ ਨਾਵੇਂ ਜਾਂ ਨਿਜਵਾਚਕ ਨਾਵਾ ਕਹਿੰਦੇ ਜਿਵੇਂ ਜੇ ਜਦੋਂ ਕਿਸੇ ਖਾਸ ਜਗ੍ਹਾ ਦਾ ਕੋਈ ਨਾਮ ਆਵੇ ਖਾਸ ਥੀ ਦਾ ਕੋਈ ਨਾਮ ਆਵੇ ਠੀਕ ਹੈ ਉਹਨੂੰ ਅਸੀਂ ਕੀ ਕਹਿੰਦੇ ਆ ਖਾਸ ਨਾਵੇਂ ਆ ਨਿਜਵਾਚਕ ਨਾ ਜੇ ਰਾਣਾ ਕਾਨਵੈਂਟ ਸਕੂਲ ਵਿੱਚ ਪੜਦਾ ਹੈ ਠੀਕ ਹੈ ਰਾਣਾ ਵੀ ਕਿਸੇ ਦਾ ਨਾਮ ਹੋ ਗਿਆ ਤੇ ਕਾਨਵੈਂਟ ਵੀ ਕਿਸੇ ਸਕੂਲ ਦਾ ਨਾਮ ਹੋ ਗਿਆ ਠੀਕ ਹੈ ਮਤਲਬ ਖਾਸ ਹੋ ਗਿਆ ਨਾ ਕਿਉਂਕਿ ਕਾਨਵੈਂਟ ਇੱਕ ਕੀ ਹੋਏਗਾ ਠੀਕ ਹੈ ਸਤਲੁਜ ਦਰਿਆ ਉੱਛਲ ਰਿਹਾ ਹੈ ਉਹ ਦਰਿਆ ਤਾਂ ਬਹੁਤ ਨਹੀਂ ਬਟ ਜਦੋਂ ਨਾਮ ਆ ਗਿਆ ਨਾਲ ਦਰਿਆ ਦਾ ਤਾਂ ਇਟ ਮੀਨਸ ਉਹ ਖਾਸ ਹੋ ਗਿਆ ਠੀਕ ਹੈ ਨੈਕਸਟ ਇਜ਼ ਵਸਤੂਵਾਚਕ ਨਾਮ ਜਿੰਨਾ ਸ਼ਬਦ ਤੋਂ ਕਿਸੇ ਤੋਲੀ ਜਾਂ ਮਿਣੀ ਜਾ ਸਕਣ ਵਾਲੀ ਚੀਜ਼ ਦੇ ਨਾਮ ਦਾ ਪਤਾ ਲੱਗੇ ਠੀਕ ਹੈ ਜਿਹੜੇ ਸ਼ਬਦਾਂ ਜਿਹੜੇ ਸ਼ਬਦਾਂ ਤੋਂ ਸਾਨੂੰ ਕਿਸੇ ਤੋਲੀਆਂ ਜਾਣ ਵਾਲੀਆਂ ਜਾਂ ਮਿਨੀਆਂ ਜਾਣ ਵਾਲੀਆਂ ਚੀਜ਼ਾਂ ਬਾਰੇ ਪਤਾ ਲੱਗੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਵਸਤੂਵਾਚਕ ਨਾਮ ਜਿਵੇਂ ਕਿ ਉਹ ਬਹੁਤ ਮਹਿੰਗਾ ਹੋ ਗਿਆ ਉਹਨੂੰ ਅਸੀਂ ਤੋਲ ਸਕਦੇ ਆ ਜਾਂ ਮੇਨ ਸਕਦੇ ਆ ਠੀਕ ਹੈ ਗਿਣਦਾ ਸਕਦੇ ਨਹੀਂ ਠੀਕ ਹੈ ਖੰਡ 50 ਰੁਪਏ ਕਿਲੋਈ ਖੰਡ ਨੂੰ ਵੀ ਅਸੀਂ ਤੋਲ ਸਕਦੇ ਆ ਠੀਕ ਹੈ ਦੁੱਧ ਵਿੱਚ ਪਾਣੀ ਮਿਲਾ ਲਓ ਦੁੱਧ ਨੂੰ ਵੀ ਮੇਨ ਸਕਦੇ ਆ ਤੋਲ ਸਕਦੇ ਆ ਠੀਕ ਹੈ ਮਤਲਬ ਜਿਹੜੇ ਜਿੰਨਾ ਸ਼ਬਦਾਂ ਨੂੰ ਅਸੀਂ ਸਿਰਫ ਤੋਲ ਸਕਦੇ ਆ ਮੇਨ ਸਕਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਵਸਤੂਵਾਚਕ ਨਾਮ ਇਕੱਠਵਚਕ ਨਾਮ ਜਿੰਨਾ ਸ਼ਬਦਾਂ ਤੋਂ ਗਿਣਨਯੋਗ ਵਿਅਕਤੀਆਂ ਜੀਵਾਂ ਪਸ਼ੂਆਂ ਪੰਛੀਆਂ ਦਾ ਪਤਾ ਲੱਗੇ ਇਕੱਠਵਚਕ ਨਾਮ ਆਗਿਆ ਠੀਕ ਹੈ ਹੁਣ ਇਕੱਠਵਚਕ ਤੇ ਜਾਤੀਵਾਚਕ ਹੈ ਤਾਂ ਸੇਮ ਠੀਕ ਹੈ ਬਟ ਇਕੱਠਵਚਕ ਵਿੱਚ ਕੀ ਹੁੰਦਾ ਕਿ ਇਸ ਇਹ ਵੀ ਸਾਰੇ ਜੀਵਾਂ ਲਈ ਵਰਤੇ ਜਾਂਦਾ ਸਾਰੇ ਪਸ਼ੂਆਂ ਲਈ ਵਰਤੇ ਜਾਂਦਾ ਪੰਛੀਆਂ ਲਈ ਵਰਤੇ ਜਾਂਦਾ ਠੀਕ ਹੈ ਬਟ ਇਹ ਗਿਣਨਯੋਗ ਹੁੰਦੇ ਨਹੀਂ ਠੀਕ ਹੈ ਜਾਤੀਵਾਚਕ ਨਾਮ ਵਿੱਚ ਅਸੀਂ ਉਹਨਾਂ ਨੂੰ ਗਿਣ ਨਹੀਂ ਸਕਦੇ ਠੀਕ ਹੈ ਬਟ ਇਹ ਕਿਹੜੇ ਨੇ ਇੱਕ ਗਿਣ ਇਹ ਸੀ ਗਿਣ ਸਕਦੇ ਆ ਜਿਵੇਂ ਜਮਾਤ ਵਿਦਿਆਰਥੀਆਂ ਨਾਲ ਪਰੇ ਸੀ ਜਮਾਤ ਦੇ ਜਿਹੜੇ ਵਿਦਿਆਰਥੀ ਹੋਣਗੇ ਸੀ ਉਹਨਾਂ ਨੂੰ ਗਿਣ ਸਕਦੇ ਆ ਕਿ ਜਮਾਤ ਦੇ ਚ ਕਿੰਨੇ ਵਿਦਿਆਰਥੀ ਨੇ 20 ਨੇ 30 ਨੇ 40 ਨੇ ਠੀਕ ਹੈ ਪੰਛੀਆਂ ਦੀ ਡਾਰ ਉਖ ਤੇ ਬੈਠੇ ਪੰਛੀਆਂ ਨੂੰ ਵੀ ਸੀ ਗਿਣ ਸਕਦੇ ਆ ਓਕੇ ਫੌਜ ਨੇ ਕਿਦਾਂ ਹਮਲਾ ਕੀਤਾ ਫੌਜ ਨੂੰ ਵੀ ਸੀ ਗਿਣ ਸਕਦੇ ਆ ਠੀਕ ਹੈ ਇਕੱਠਾ ਇਕੱਠਵਾਚਕ ਕਿ ਬੱਟਸੀਆਂ ਨੂੰ ਗੈਨ ਵੀ ਸਕਦੇ ਆ ਠੀਕ ਹੈ ਜਿਹੜਾ ਗਿਨਨਯੋਗ ਵਿਅਕਤੀਆਂ ਦਾ ਜੀਵਾਂ ਦਾ ਪਸ਼ੂਆਂ ਦਾ ਪੰਛੀਆਂ ਦਾ ਇਕੱਠ ਹੋਵੇ ਉਹਨੂੰ ਅਸੀਂ ਕੀ ਕਵਾਂਗੇ ਇਕੱਠਵਾਚਕ ਨਾਮ ਨੈਕਸਟ ਪਾਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਉਹਨਾਂ ਹਾਲਾਤਾਂ ਦੇ ਨਾਵਾਂ ਦਾ ਪਤਾ ਲੱਗੇ ਜਿਹੜਿਆ ਵੇਖਿਆ ਨਾ ਜਾ ਸਕਣ ਬਲਕਿ ਮਹਿਸੂਸ ਕੀਤਾ ਜਾ ਸਕਣ ਠੀਕ ਹੈ ਮਤਲਬ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਉਹ ਸਹਾਲਾਤ ਬਾਰੇ ਪਤਾ ਚੱਲੇ ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ ਸਿਰਫ ਫੀਲ ਕਰ ਸਕਦੇ ਆ ਠੀਕ ਹੈ ਉਹ ਕਿਵੇਂ ਹੁੰਦੇ ਨੇ ਪਾਵਚਕ ਨਾਮ ਹੁੰਦੇ ਨੇ ਜਿਵੇਂ ਸਦਾ ਸੱਚ ਬੋਲੋ ਹੁਣ ਅਗਰ ਕੋਈ ਮਤਲਬ ਕੋਈ ਗੱਲ ਕਰ ਰਿਹਾ ਤਾਂ ਅਸੀਂ ਉਹਦੀ ਗੱਲ ਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ ਕਿ ਗੱਲ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਠੀਕ ਹੈ ਸੱਚ ਝੂਠ ਨੂੰ ਸਿਰਫ ਦੇਖ ਤਾਂ ਸਕਦੇ ਨਹੀਂ ਬਸ ਬਟ ਅਸੀਂ ਫੀਲ ਕਰ ਸਕਦੇ ਹਾਂ ਸੁਣ ਸਕਦੇ ਹਾਂ ਪੁੱਲਾਂ ਦੀ ਖੁਸ਼ਬੂ ਬੜੀ ਪਿਆਰੀ ਹੈ ਠੀਕ ਹੈ ਉਹ ਜਿਹੜੀ ਖੁਸ਼ਬੂ ਹੈ ਉਹ ਵੀ ਅਸੀਂ ਮਹਿਸੂਸ ਕਰ ਸਕਦੇ ਹਾਂ ਉਹਨੂੰ ਦੇਖ ਤਾਂ ਨਹੀਂ ਸਕਦੇ ਨਾ ਠੀਕ ਹੈ ਸਾਨੂੰ ਇਹ ਪਤਾ ਲੱਗ ਸਕਦਾ ਵੀ ਕਿੱਥੋਂ ਆ ਰਹੀ ਹੈ ਠੀਕ ਹੈ ਬਟ ਇਹ ਤਾਂ ਨਹੀਂ ਬਸ ਉਹਨੂੰ ਦੇਖ ਸਕਦੇ ਹਾਂ ਇਸਰ ਕਿ ਨੋ ਸਿਰਫ ਫੀਲ ਹੀ ਕਰ ਸਕਦੇ ਮਹਿਸੂਸ ਹੀ ਕਰ ਸਕਦੇ ਆ ਅੱਜ ਬੜੀ ਗਰਮੀ ਹੈ ਗਰਮੀ ਨੂੰ ਵੀ ਅਸੀਂ ਵੇਖ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ ਆ ਕਿਸੇ ਨੂੰ ਦੁੱਖ ਨਾ ਦਿਓ ਦੁੱਖ ਸੁੱਖ ਨੂੰ ਵੀ ਅਸੀਂ ਮਹਿਸੂਸ ਕਰ ਸਕਦੇ ਆ ਇਸ ਕਰਕੇ ਜਿੰਨਾ ਸ਼ਬਦਾਂ ਤੋਂ ਸਾਨੂੰ ਉਸ ਹਾਲਾਤਾਂ ਬਾਰੇ ਪਤਾ ਲੱਗੇ ਜਿਹੜੇ ਹਾਲਾਤ ਅਸੀਂ ਵੇਖ ਨਹੀਂ ਸਕਦੇ ਬਲਕਿ ਮਹਿਸੂਸ ਕਰ ਸਕਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਪਾਵਚਕ ਨਾਮ